ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਮਿਤੀ 20 ਮਈ ਤੋਂ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਸਮੂਹ ਸਕੂਲਾਂ ਦੇ ਵਿੱਚ, ਉਹ ਭਾਵੇਂ ਸਰਕਾਰੀ ਹੈ, ਪ੍ਰਾਈਵੇਟ ਹੈ ਜਾਂ ਏਡਿਡ ਹੈ, ਕਿਸੇ ਵੀ ਤਰ੍ਹਾਂ ਦਾ ਮਾਨਤਾ ਪ੍ਰਾਪਤ ਸਕੂਲ, ਉਹਨਾਂ ਦੀ ਛੁੱਟੀਆਂ ਅੱਜ 21 ਤਾਰੀਖ ਤੋਂ ਲੈ ਕੇ 30 ਤਾਰੀਖ ਤੱਕ ਹੋਏਗੀ। ਇਸ ਤੋਂ ਇਲਾਵਾ ਇਸ ਤੋਂ ਅੱਗੇ ਸਰਕਾਰ ਨੇ ਪਹਿਲਾਂ ਹੀ ਛੁੱਟੀਆਂ ਡਿਕਲੇਅਰ ਕਰ ਰੱਖੀਆਂ। ਮੇਰੀ ਸਮੂਹ ਸਕੂਲ ਸੰਸਥਾਵਾਂ ਨੂੰ ਇਹ ਬੇਨਤੀ ਹੈ, ਅਪੀਲ ਹੈ ਕਿ ਤੁਸੀਂ ਪਲੀਜ਼ ਆਪਣੀ ਸਕੂਲਾਂ ਨੂੰ ਨਾ ਖੋਲੋ। ਕਿਸੇ ਵੀ ਤਰ੍ਹਾਂ ਦਾ ਕੰਮ ਸਕੂਲ 'ਚ ਨਹੀਂ ਹੋ ਸਕਦਾ। ਤੁਸੀਂ ਟੀਚਰਸ ਅਤੇ ਨੋਨ ਟੀਚਿੰਗ ਸਟਾਫ ਨੂੰ ਵੀ ਸਕੂਲ ਦੇ ਵਿੱਚ ਨਾ ਬੁਲਾਓ। ਇਹ ਸਰਕਾਰ ਵੱਲੋਂ ਅਨਾਊਂਸਮੈਂਟ ਹੀਟ ਵੇਵ ਨੂੰ ਦੇਖਦੇ ਹੋਏ ਕੀਤੀ ਗਈ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਬੱਚਿਆਂ ਦੀ ਨਾਲ ਨਾਲ ਆਪਣੇ ਸਟਾਫ ਦੀ, ਸਾਰਿਆਂ ਦੀ ਰੱਖਿਆ ਕਰੀਏ ਅਤੇ ਸਰਕਾਰ ਦੇ ਜੋ ਵੀ ਹੁਕਮ ਹੈ ਉਹਨਾਂ ਦੀ ਪਾਲਣਾ ਕਰੀਏ। ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਵੀ ਸਕੂਲ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਮਿਤੀ 20 ਮਈ ਤੋਂ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਸਮੂਹ ਸਕੂਲਾਂ ਦੇ ਵਿੱਚ, ਉਹ ਭਾਵੇਂ ਸਰਕਾਰੀ ਹੈ, ਪ੍ਰਾਈਵੇਟ ਹੈ ਜਾਂ ਏਡਿਡ ਹੈ, ਕਿਸੇ ਵੀ ਤਰ੍ਹਾਂ ਦਾ ਮਾਨਤਾ ਪ੍ਰਾਪਤ ਸਕੂਲ, ਉਹਨਾਂ ਦੀ ਛੁੱਟੀਆਂ ਅੱਜ 21 ਤਾਰੀਖ ਤੋਂ ਲੈ ਕੇ 30 ਤਾਰੀਖ ਤੱਕ ਹੋਏਗੀ। ਇਸ ਤੋਂ ਇਲਾਵਾ ਇਸ ਤੋਂ ਅੱਗੇ ਸਰਕਾਰ ਨੇ ਪਹਿਲਾਂ ਹੀ ਛੁੱਟੀਆਂ ਡਿਕਲੇਅਰ ਕਰ ਰੱਖੀਆਂ। ਮੇਰੀ ਸਮੂਹ ਸਕੂਲ ਸੰਸਥਾਵਾਂ ਨੂੰ ਇਹ ਬੇਨਤੀ ਹੈ, ਅਪੀਲ ਹੈ ਕਿ ਤੁਸੀਂ ਪਲੀਜ਼ ਆਪਣੀ ਸਕੂਲਾਂ ਨੂੰ ਨਾ ਖੋਲੋ। ਕਿਸੇ ਵੀ ਤਰ੍ਹਾਂ ਦਾ ਕੰਮ ਸਕੂਲ 'ਚ ਨਹੀਂ ਹੋ ਸਕਦਾ। ਤੁਸੀਂ ਟੀਚਰਸ ਅਤੇ ਨੋਨ ਟੀਚਿੰਗ ਸਟਾਫ ਨੂੰ ਵੀ ਸਕੂਲ ਦੇ ਵਿੱਚ ਨਾ ਬੁਲਾਓ। ਇਹ ਸਰਕਾਰ ਵੱਲੋਂ ਅਨਾਊਂਸਮੈਂਟ ਹੀਟ ਵੇਵ ਨੂੰ ਦੇਖਦੇ ਹੋਏ ਕੀਤੀ ਗਈ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਬੱਚਿਆਂ ਦੀ ਨਾਲ ਨਾਲ ਆਪਣੇ ਸਟਾਫ ਦੀ, ਸਾਰਿਆਂ ਦੀ ਰੱਖਿਆ ਕਰੀਏ ਅਤੇ ਸਰਕਾਰ ਦੇ ਜੋ ਵੀ ਹੁਕਮ ਹੈ ਉਹਨਾਂ ਦੀ ਪਾਲਣਾ ਕਰੀਏ। ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਵੀ ਸਕੂਲ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ।